ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਸਮੇਂ ਕਿਸੇ ਜੋਤਸ਼ੀ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਇਹ ਖਬਰ ਛਪਵਾਈ ਕਿ ਹਿੰਦੁਸਤਾਨ ਵਿੱਚ ਪੋਚਾਲ ਨਾਲ ਬੜੀ ਭਾਰੀ ਤਵਾਹੀ ਹੋਣ ਵਾਲੀ ਹੈ ਅਤੇ ਪੰਜਾਬ ਦਾ ਬੜਾ ਨੁਕਸਾਨ ਹੋਣਾ ਹੈ ਕੋਈ ਮਹਾਤਮਾ ਮੈਨੂੰ ਦੱਸੇ ਕਿ ਇਹ ਕਿਸ ਤਰ੍ਹਾਂ ਟਲ ਸਕਦਾ ਹੈ ਇਹ ਜ਼ਿਕਰ 1925 ਜਾਂ 26 ਦਾ ਹੈ ਬਾਬਾ ਮਹਾਰ ਨਾਮ ਸਿੰਘ ਜੀ ਪਾਸ ਕਿਸੇ ਸਰਦਾਰ ਨੇ ਜੋ ਪਟਿਆਲੀ ਤੋਂ ਆਇਆ ਸੀ ਇਹ ਖਬਰ ਦੱਸ ਕੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਕਿਰਪਾ ਕਰੋ ਕਿਸ ਤਰ੍ਹਾਂ ਇਹ ਦੁੱਖ ਟਲ ਜਾਵੇ ਸੁਣਨ ਉਪਰੰਤ ਕੋਈ ਚਿਰ ਚੁੱਪ ਰਹਿਣ ਪਿੱਛੋਂ ਆਪ ਨੇ ਅਚਾਨਕ ਹੀ ਬਚਨ ਕੀਤਾ ਬਈ ਜੋਸ਼ੀ ਤਾਂ ਸੱਚਾ ਹੈ ਨੁਕਸਾਨ ਬਹੁਤ ਹੋਣਾ ਹੈ ਸਦੋ ਚਿੰਤ ਰਾਮ ਤੇ ਬਹਾਲ ਦਾਸ ਨੂੰ ਇਹ ਦੋਵੇਂ ਮਹਾਪੁਰਖ ਉਦਾਸੀ ਮਹਾਪੁਰਖ ਸਨ ਬਾਬਾ ਸ਼੍ਰੀ ਚੰਦ ਜੀ ਨੂੰ ਮੰਨਦੇ ਸਨ ਬਾਲਿਆ ਇੱਕ ਸੇਵਕ ਭੇਜ ਕੇ ਬਹਾਲ ਦਾਸ ਨੂੰ ਸਦੋ ਰਤ ਰਤਨ ਸਿੰਘ ਢੋਲੀ ਨੂੰ ਸਾਧਕੇ ਹੁਕਮ ਕੀਤਾ ਤੂੰ ਅੱਜ ਰੋਟੀ ਖਵਾ ਤੇ ਚੰਤਰਾਮ ਨੂੰ ਨਾਲ ਲਿਆ ਮੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਬਹਾਲ ਦਾਸ ਜੀ ਵੀ ਪਹੁੰਚ ਕੇ ਪਿੰਡ ਚੋਂ ਮਿਸਤਰੀ ਪਾਸੋਂ ਹੁਕਮ ਕਰਕੇ ਇੱਕ ਲੱਕੜ ਦੀ ਮੂਗਲੀ ਬਣਵਾ ਕੇ ਮੰਗਾ ਲਈ ਹਰਿਆਸ ਦੇ ਪਾੜ ਤੋਂ ਬਾਅਦ ਸੰਤ ਚਿੰਤਰਾਮ ਅਤੇ ਬਹਾਲਦਾਸ ਨੂੰ ਹਜ਼ੂਰੀ ਵਿੱਚ ਬੁਲਾ ਕੇ ਉਹਨਾਂ ਦੋਹਾਂ ਦੀ ਆਪਣੇ ਹੱਥਾਂ ਦੇ ਨਾਲ ਸ਼ਰਾਹ ਕਰਕੇ ਹੁਕਮ ਕੀਤਾ ਤੁਸੀਂ ਦੋਵੇਂ ਸਾਡੇ ਸਾਹਮਣੇ ਮੂਗਲੀ ਚੁੱਕ ਚੁੱਕੀ ਜ਼ਮੀਨ ਉੱਤੇ ਮਾਰੋ ਤੇ ਮੁਖ ਤੋਂ ਇਹ ਗੱਲ ਕਹੋ ਕਿ ਧਰਤੀ ਨਹੀਂ ਹਿੱਲਣਾ ਨਹੀਂ ਹਿੱਲਣਾ ਜਿੰਨੀ ਵਾਰ ਜ਼ਮੀਨ ਉੱਤੇ ਚੁੱਕ ਕੇ ਮਾਰੋ ਤੁਸੀਂ ਗਿਣਤੀ ਕਰੀ ਜਾਣੀ ਅਸੀਂ ਵੀ ਗਿਣਤੀ ਨਾਲੋ ਨਾਲ ਕਰੀ ਜਾਵਾਂਗੇ ਹੁਕਮ ਨਾਲ ਮੂਗਲੀ ਚੁੱਕ ਚੁੱਕ ਕੇ ਮਾਰੀ ਗਈ ਅਤੇ ਗਿਣਤੀ ਕਰੀਗੇ ਹਰ ਵਾਰ ਮੂਗਲੀ ਚੁੱਕ ਕੇ ਸੁੱਟਣ ਮੁਗਲੀ ਦਾ ਪਾਦ ਬਾਧਾ ਮਲੂਮ ਹੁੰਦਾ ਸੀ ਅਤੇ ਬੜੀ ਔਖਾਈ ਦੇ ਨਾਲ ਬਹੁਤ ਵਾਰ ਚੁੱਕ ਕੇ ਸੁੱਟ ਰਹੇ ਨਾਲ ਨਾਲ ਬਾਬਾ ਜੀ ਤਕੜੇ ਹੋਵੋ ਤਕੜੇ ਹੋਵੇ ਦੇ ਬਚਨ ਕਰਦੇ ਰਹੇ ਜੇ ਸਮੇ ਚੁੱਕ ਕੇ ਸੁੱਟਦੇ ਸੁੱਟਦੇ ਥੱਕ ਕੇ ਬੈਠ ਗਏ ਮੂਗਲੀ ਇੱਕ ਪਾਸੇ ਸੁੱਟ ਦिती ਤਾਂ ਹਜੂਰ ਨੇ ਬਚਨ ਕੀਤਾ ਹੁਣ ਚੁੱਕੋ ਸੰਤ ਬਹਾਲਦਾਸ ਅਤੇ ਚਿੰਤਰਾਮ ਜੀ ਨੇ ਬੇਨਤੀ ਕੀਤੀ ਗਰੀਬ ਨਵਾਜ ਬੜੀ ਭਾਰੀ ਹੋ ਗਈ ਹੈ ਅਸੀਂ ਕਿਵੇਂ ਕਰੀਏ ਬਾਬਾ ਜੀ ਨੇ ਬਚਨ ਕੀਤਾ ਬ੍ਰਹਮੰਡ ਦੇ ਪਾਪ ਇਸ ਮੂਗਲੀ ਉੱਤੇ ਰੱਖ ਕੇ ਧਰਤੀ ਹੋਲੀ ਫੁੱਲ ਕਰਨੀ ਹੈ ਤਾਂ ਇਹ ਖੜੇਗੀ ਨਹੀਂ ਤਾਂ ਧਰਤੀ ਡੋਲ ਜਾਏਗੀ ਤੁਸੀਂ ਤਖੜੇ ਹੋ ਕੇ ਕਰੋ ਹੁਕਮ ਅਨਸਾਰ ਫਿਰ ਚੁੱਕ ਕੇ ਸੁੱਟਣ ਦੀ ਕੋਸ਼ਿਸ਼ ਕਰਨ ਲੱਗੇ ਪਰ ਚੁੱਕ ਨਾ ਸਕੇ ਸੰਭਾਲਦਿਆਂ ਸੰਭਾਲਦਿਆਂ ਮੂਗਲੀ ਇੱਕ ਪਾਸੇ ਡਿੱਗ ਪਈ ਸ਼ਾਂਤ ਚੰਦਰਾਮ ਤੇ ਬਹਾਲਦਾਸ ਜੀ ਨੇ ਬਾਬਾ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹਾਡੀਆਂ ਤੁਸੀਂ ਜਾਣੋ ਮੁਗਲੀ ਵੇਖਣ ਨੂੰ ਇੰਨੀ ਭਾਰੀ ਨਹੀਂ ਲੱਗਦੀ ਹੁਣ ਤਾਂ ਇਸ ਦਾ ਭਾਰ ਹੀ ਬਿਆੰਤ ਹੋ ਗਿਆ ਹੈ ਇਸ ਦੇ ਵਿੱਚ ਵੀ ਕੋਈ ਪੇਤ ਹੈ ਬਾਬਾ ਜੀ ਨੇ ਬਚਨ ਕੀਤਾ ਚੰਤਰਾਮ ਇਹ ਸਾਰਾ ਜੀਵਾਂ ਦੇ ਪਾਪਾਂ ਦਾ ਭਾਰ ਹੈ ਇਹਨਾਂ ਭਾਰ ਹੁੰਦਾ ਹੈ ਤਾਂਤੀ ਡੋਲਦੀ ਹੈ ਉਪਰੰਤ ਸੰਤ ਬਹਾਲਦਾਸ ਜੀ ਨੂੰ ਤਾਂ ਬੁਖਾਰ ਚੜ ਗਿਆ ਅਤੇ ਸੰਤ ਚੰਤਰਾਮ ਜੀ ਹਾਈ ਹਾਈ ਕਰਨ ਲੱਗ ਪਏ ਬਾਬਾ ਜੀ ਨੇ ਬਚਨ ਕੀਤਾ ਲੈ ਹੋ ਗਿਆ ਕੰਮ ਉਪਰੰਤ ਹੁਕਮ ਅਨਸਾਰ ਭਾਈ ਕਪੂਰ ਸਿੰਘ ਰਹਿਰਾਸੀਏ ਨੂੰ ਅਤੇ ਰਤਨ ਸਿੰਘ ਢੋਲੀ ਨੂੰ ਸਦਕੇ ਹੁਕਮ ਕੀਤਾ ਕਿ ਤੁਸੀਂ ਚਿੰਤਰਾਮ ਤੇ ਬਹਾਲਦਾਸ ਨੂੰ ਪਾਠ ਸੁਣਾਵੋ ਚਿੰਤਰਾਮ ਤੇ ਬਹਾਲਦਾਸ ਜੀ ਨੂੰ ਅੱਡ-ਅੱਡ ਪਾ ਕੇ ਸਾਰੀ ਰਾਤ ਪਾਠ ਸੁਣਾਉਂਦੇ ਰਹੇ ਦਿਨ ਚੜ੍ਹਨ ਤੱਕ ਦੋਵੇਂ ਤੰਦਰੁਸਤ ਹੋ ਗਏ ਤੇ ਫਿਰ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਹੁਕਮ ਕੀਤਾ ਮੂਗਲੀ ਦਾ ਹੱਥ ਵਿੱਚ ਫੜਨ ਵਾਲਾ ਪਾਸਾ ਕਿੱਧਰ ਡਿਗਾ ਹੈ ਬੇਖ ਕੇ ਦੱਸਿਆ ਜੀ ਹੱਥ ਵਿੱਚ ਫੜਨ ਵਾਲਾ ਪਾਸਾ ਸ਼ਿਪ ਦੇ ਵੱਲ ਪਿਆ ਹੈ ਤਾਂ ਵਚਨ ਕੀਤਾ ਸ਼ੁੱਧ ਹੈ ਥੋੜਾ ਜਿਹਾ ਪੰਜਾਬ ਦਾ ਹਿੱਸਾ ਸ਼ਿਪ ਦੇ ਪਾਸੇ ਗਰਕੀਗਾ ਇੱਕ ਸ਼ਹਿਰ ਸਾਥੋਂ ਬਾਅਦ ਇਹ ਵਚਨ ਸੱਤ ਹੋਇਆ ਸੀ ਕੋਈ ਤੇ ਪੁਚਾਲ ਆਇਆ ਸ਼ਹਿਰ ਗਰਕ ਹੋਇਆ ਇਹ ਵਚਨ ਬਾਕਿਆ ਹੀ ਸੱਚ ਹੋ ਗਿਆ ਸੀ ਇੰਨੀਆਂ ਬੇਨਤੀਆਂ ਪ੍ਰਬੰਧ ਜੀ ਐਸੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ